ਮੁਲਤਾਨੀ ਇੰਡੀਅਨਸ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਨਮਸਤੇ ਅਤੇ ਮੈਂ ਹਾਂ ਤੁਹਾਡਾ ਦੋਸਤ ਪੰਪੀ ਕਤਿਆਲ। ਅੱਜ 4 ਸਤੰਬਰ 2023 ਦਾ ਦਿਹਾੜਾ ਹੈ ਅਤੇ ਮੈਂ ਸ਼੍ਰੀਨਗਰ ਤੋਂ ਚੱਲ ਕੇ ਗੁਲਮਰਗ ਪਹੁੰਚਿਆ ਟੈਕਸੀ ਦੇ ਵਿੱਚ ਬਹਿ ਕੇ, ਅਤੇ ਹੁਣ ਮੈਂ ਇੱਥਾਂ ਟੈਕਸੀ ਸਟੈਂਡ 'ਤੇ ਖੜੋਤਾ। ਇਹ ਕੋਈ 1.25 ਘੰਟੇ ਦੀ ਇਹ ਥਾਂ ਡਿਸਟੈਂਸ ਹਾਈ, ਕੋਈ 50 ਕਿਲੋਮੀਟਰ ਦੂਰ ਸ਼੍ਰੀਨਗਰ ਤੋਂ। ਬੜੋ ਅੱਛਾ ਸੁਹਾਵਣਾ ਮੌਸਮ ਹੈ ਅਤੇ ਗੁਲਮਰਗ ਦੀ ਵਾਦੀਆਂ ਦੇ ਵਿੱਚ ਘੁੰਮਣ ਵਾਸਤੇ ਮੈਂ ਆਇਆ ਅਤੇ ਇੱਥਾਂ ਗੰਡੋਲਾ ਰਾਈਡ ਜਿਹੜੀ ਹੈ ਉਹ ਇੱਥੋਂ ਦੀ ਸਭ ਤੋਂ ਜ਼ਿਆਦਾ ਇੰਪੋਰਟੈਂਟ, ਸਭ ਤੋਂ ਜ਼ਿਆਦਾ ਅੱਛੀ ਇੰਜੋਏਬਲ ਜਗ੍ਹਾ ਹੈ। ਅਤੇ ਅਸਾਂ ਹੁਣ ਬੱਸ ਸਟੈਂਡ ਟੈਕਸੀ ਸਟੈਂਡ ਤੋਂ ਚੱਲ ਕੇ ਵਹਿੰਦੇ ਪਏ ਹਾਂ ਗੰਡੋਲਾ ਰਾਈਡ ਵਾਲੀ ਜਗ੍ਹਾ 'ਤੇ। ਅਤੇ ਮੇਰੇ ਚਾਰੋਂ ਪਾਸੇ ਬੜੀ ਅੱਛੀ ਖੂਬਸੂਰਤ ਵਾਦੀਆਂ ਹਨ, ਦੇਖਣ ਦਾ ਅੱਛਾ ਨਜ਼ਾਰਾ ਹੈ। ਗੁਲਮਰਗ ਜਿਹੜਾ ਹੈ ਗੰਡੋਲਾ ਰਾਈਡ ਦੇ ਵਾਸਤੇ ਬਹੁਤ ਜ਼ਿਆਦਾ ਫੇਮਸ ਹੈ। ਦੁਨੀਆ ਦੇ ਵਿੱਚ ਸਭ ਤੋਂ ਉੱਚੀ ਜਗ੍ਹਾ 'ਤੇ ਵਿੱਚ ਗੰਡੋਲਾ ਰਾਈਡ ਇੱਥਾਂ ਹੀ ਥੀਂਦੀ ਹੈ। ਅਤੇ ਹੁਣ ਸਾਡਾ ਕਾਫਲਾ ਜਿਹੜਾ ਹੈ ਉਹ ਗੰਡੋਲਾ ਰਾਈਡ ਦੀ ਜਿਹੜੀ ਬੇਸ ਹੈ ਉੱਥਾਂ ਚੱਲ ਕੇ ਵਹਿੰਦਾ ਪਏ, ਅਤੇ ਅਸਾਂ ਚੱਲ ਕੇ ਉੱਥਾਂ ਦੇਖਦੇ ਹਾਂ ਕਿਵੇਂ ਦਾ ਮਾਹੌਲ ਹੈ ਔਰ ਕਿਵੇਂ ਐਂਟਰੀ ਕਰਨੀ ਹੈ। ਅਸਾਂ ਹੁਣ ਚੱਲ ਕੇ ਗੰਡੋਲਾ ਦੀ ਜਿਹੜੀ ਐਂਟਰੀ ਪੁਆਇੰਟ ਹੈ ਉੱਥਾਂ ਤੱਕ ਪਹੁੰਚ ਗਿਆ ਹਾਂ। ਅਸਾਂ ਟਿਕਟ ਔਨਲਾਈਨ ਪਹਿਲੀ ਬੁੱਕ ਕਰ ਦਿੱਤੀ ਹੈ ਕਿਉਂਕਿ ਟੂਰਿਸਟ ਸੀਜ਼ਨ ਦੇ ਟਾਈਮ ਇੱਥਾਂ ਬਹੁਤ ਲਾਈਨ ਲੱਗ ਪੈਂਦੀ ਹੈ ਅਤੇ ਪਹਿਲੇ ਬੁਕਿੰਗ ਕਰਨਾ ਠੀਕ ਕਰਾਉਂਦੇ ਹੈ। ਹੁਣ ਇੱਥਾਂ ਅਸਾਂ ਅੰਦਰ ਐਂਟਰੀ ਕਰਕੇ ਜਿਹੜੀ ਗੰਡੋਲਾ ਜਿੱਥੋਂ ਸਟਾਰਟ ਥੀਂਦੀ ਹੈ ਉੱਥਾਂ ਬੱਸੋਂ। ਅਸਾਂ ਗੰਡੋਲਾ ਦੇ ਅੰਦਰ ਬਹਿ ਗਏ ਹਾਂ ਕਿਉਂਕਿ ਫੋਟੋ ਛਿਕਣਾ ਥੋੜ੍ਹਾ ਜਿਹਾ ਠੀਕ ਨਾ ਹੈ, ਹੀ ਕਰਕੇ ਅਸਾਂ ਪਹਿਲੇ ਵੀਡੀਓ ਨਹੀਂ ਬਣਾਈ। 1 ਗੰਡੋਲਾ ਦੇ ਵਿੱਚ 6 ਬੰਦੇ ਬਹਿ ਸਕਦੇ ਹਨ ਅਤੇ ਇਹ ਕਾਫੀ ਲੰਬੀ ਗੰਡੋਲਾ ਰਾਈਡ ਹੈ। ਅਤੇ ਪਹਿਲਾ ਫੇਜ਼ ਜਿਹੜਾ ਹੈ ਅਸਾਂ ਉਹ ਕਰੇ ਸੂੰ ਕਿਉਂਕਿ ਦੂਸਰੇ ਫੇਜ਼ ਦੇ ਵਿੱਚ ਮੇਨਟੇਨੈਂਸ ਥੀਂਦੀ ਪਈ ਹੈ, ਉਹ ਚੱਲਦੀ ਨਹੀਂ ਪਈ। ਅਤੇ ਦੂਏ ਫੇਜ਼ ਮਿਲਾ ਕੇ ਇਹ ਬਹੁਤ ਲੰਬੀ ਜਿਹੜੀ ਹੈ ਰਾਈਡ ਹੈ। ਅਤੇ ਅੱਜ ਕੱਲ੍ਹ ਕਿਉਂਕਿ ਬਰਫ਼ ਦਾ ਸੀਜ਼ਨ ਕਹਿ ਨਹੀਂ, ਪਲੈਜ਼ੈਂਟ ਮੌਸਮ ਹੈ ਅਤੇ ਸਾਨੂੰ ਗ੍ਰੀਨਰੀ ਪਈ ਡਿੱਗਦੀ ਹੈ ਚਾਰੇ ਪਾਸੇ। ਜੇ ਸਰਦੀਆਂ ਦੇ ਮੌਸਮ ਦੇ ਵਿੱਚ ਆਓ ਤਾਂ ਸਾਰੇ ਪਾਸੇ ਬਰਫ਼ ਹੀ ਬਰਫ਼ ਦਿਖਾਈ ਦਿੰਦੀ ਹੈ।
ਗੰਡੋਲਾ ਦੇ ਅੰਦਰ ਬਹਿ ਕੇ ਬਹੁਤ ਅੱਛਾ ਨਜ਼ਾਰਾ ਡਿੱਗਦਾ ਪਏ ਅਤੇ ਇੱਕ ਦੇ ਪਿੱਛੇ ਇੱਕ ਗੰਡੋਲਾ ਚਲਦੀ ਰਹਿੰਦੀ ਹੈ ਅਤੇ ਸਾਹਮਣੋਂ ਵੀ ਆਉਂਦੀ ਹੋਈ ਦਿਖਾਈ ਦਿੰਦੀ ਹੈ ਕ੍ਰੋਸ ਥੀਲੀ ਹੈ ਅਤੇ ਇਹ ਆਪਣੇ ਆਪ ਦੇ ਵਿੱਚ ਬਹੁਤ ਅੱਛਾ ਇੱਕ ਤਜਰਬਾ ਹੈ ਅਤੇ ਜਿਹੜੇ ਵੀ ਲੋਕ ਇੱਥਾਂ ਕਸ਼ਮੀਰ ਘੁੰਮਣ ਆਉਂਦੇ ਹਨ ਉਹ ਗੁਲਮਰਗ ਉਹਨਾਂ ਨੂੰ ਜ਼ਰੂਰ ਦੇਖਣਾ ਚਾਹੀਦੀ ਹੈ ਅਤੇ ਗੰਡੋਲਾ ਦੀ ਸਵਾਰੀ ਵੀ ਕਰਨੀ ਹੀ ਚਾਹੀਦੀ ਹੈ। ਅਸਾਂ ਹੁਣ ਗੰਡੋਲਾ ਦੇ ਵਿੱਚ ਬਹਿ ਕੇ ਫਾਈਨਲ ਸਟੋਪ 'ਤੇ ਪਹੁੰਚ ਗਏ ਹਾਂ ਅਤੇ ਉੱਥੋਂ ਹੁਣ ਅਸਾਂ ਉਤਰ ਕੇ ਥੱਲੇ ਪਲੇਟਫਾਰਮ 'ਤੇ ਆ ਕੇ ਹੁਣ ਦੇਖਦੇ ਹਾਂ ਅੱਗੇ ਬੈਰ ਕਿਹੋ ਜਿਹਾ ਸੀਨ ਹੈ, ਕਿਆ ਉੱਥਾਂ ਨਜ਼ਾਰਾ ਹੈ, ਬਾਕੀ ਬਈ ਕਿਆ ਐਕਟੀਵਿਟੀਜ਼ ਉੱਥਾਂ ਹਨ। ਇਹ ਉੱਥਾਂ ਇੱਕ ਰੈਸਟੋਰੈਂਟ ਵੀ ਹੈ ਅਤੇ ਇੱਥਾਂ ਕੁਛ ਬਾਵਨ ਦੀ ਜਾ ਵੀ ਹੈ ਅਤੇ ਬਾਕੀ ਸਭ ਲੋਕ ਘੁੰਮਦੇ ਫਿਰਦੇ ਵਧੇ ਅਤੇ ਨਜ਼ਾਰਾ ਵੀ ਪਹਾੜਾਂ ਦਾ ਬਹੁਤ ਅੱਛਾ ਪਿਆ ਦਿਖਦੇ ਅਤੇ ਇੱਥਾਂ 2-4-5 ਘੰਟੇ ਤਾਂ ਪਤਾ ਵੀ ਨਹੀਂ ਚੱਲਦੇ ਕਿਵੇਂ ਨਿਕਲ ਪੈਂਦੇ ਹਨ, ਪਰ ਗੰਡੋਲਾ ਦੇ ਵਿੱਚ ਤੁਹਾਨੂੰ ਇੱਕ ਟਾਈਮ ਦਿੱਤਾ ਪੈਂਦੇ ਹੁੰਦੇ, ਟਾਈਮ ਦੇ ਵਿੱਚ ਤੁਹਾਨੂੰ ਫਿਰ ਵਾਪਸੀ ਦੀ ਗੰਡੋਲਾ ਬਾਹਣਾ ਪਾਉਂਦੇ ਅਤੇ ਘੜੀ ਘੜੀ ਅਨਾਊਂਸਮੈਂਟ ਪਈ ਥੀਂਦੀ ਹੈ, ਪਰ ਅਸਾਂ ਹੁਣ ਦੇਖਦੇ ਹਾਂ ਚੱਲ ਕੇ ਜੋ ਵੀ ਨਜ਼ਾਰੇ ਦੇਖ ਸਕਦੇ ਹਾਂ। ਮੌਸਮ ਬੜਾ ਸੁਹਾਣਾ ਜਿਹਾ ਹੈ, ਥੋੜ੍ਹੀ ਦੇਰ ਵਿੱਚ ਬੱਦਲ ਆ ਵੈਂਦੇ ਹਨ, ਧੁੱਪ ਆ ਵੈਂਦੀ ਹੈ, ਨਜ਼ਾਰਾ ਬਦਲ ਵੈਂਦੇ। ਇਹ ਗੰਡੋਲਾ ਦੀ ਰਾਈਡ ਜਿਹੜੀ ਹੈ ਅਸਾਂ ਅੰਦਰ ਬਹਿ ਕੇ ਤਾਂ ਦੇਖੀ ਆਈ, ਬਾਹਰ ਖੜ੍ਹੇ ਠੀਕ ਹੈ ਵੀ ਮੈਂ ਲੱਗਿਆ ਕਿ ਮੈਂ ਦੇਖ ਦਿੰਦਾ।